ਉਹ ਚੱਕ ਲਾਂਗੇ ਜੇ ਇੱਧਰ ਗਏ ਤਾਂ ਚੱਕ ਲਾਂਗੇ, ਇੱਧਰ ਗਏ ਤਾਂ ਚੱਕ ਲਾਂਗੇ, ਜੇ ਐਂ ਨਾ ਕੀਤਾ ਤਾਂ ਚੱਕ ਲਾਂਗੇ, ਐਂ ਕੀਤਾ ਤਾਂ ਚੱਕ ਲਾਂਗੇ, ਇਹ ਕੀ ਚੱਕਰ ਹੈ? ਨਾਲੇ ਕਹਿੰਦੇ ਵੀ 70-80% ਤਾਂ ਵੈਸੇ ਅਸਤੀਫੇ ਦੇ ਜਾਣਗੇ। ਮੀਟਿੰਗ ਬੁਲਾਈ ਹੈ ਉਹ ਅਗਰ ਅਲਾਉ ਕਰ ਰਿਹਾ ਤਾਂ ਉਹ ਵੀ ਇੰਪਲੀਕੇਟ ਹੋਊਗਾ, ਜਿਹੜਾ ਉਹਦੀ ਥਾਂ ਤੇ ਗਿਆ ਉਹ ਵੀ ਇੰਪਲੀਕੇਟ ਹੋਊਗਾ, ਜਿਹਦੀ ਥਾਂ ਤੇ ਗਿਆ ਉਹ ਵੀ ਇੰਪਲੀਕੇਟ ਹੋਊਗਾ, ਤਿੰਨੇ ਜਣੇ ਇੰਪਲੀਕੇਸ਼ਨ ਹੋ। ਮਤਲਬ ਇਹ ਹੈ ਚੱਕ ਲਓ ਚੱਕ ਲਓ ਚੱਕ ਲਓ ਚੱਕ ਲਓ। ਤੇ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਖਬਰੀ ਨਾਲ 1 ਦੇ ਪ੍ਰੋਗਰਾਮ ਬੀਸੀ ਵਿਦ ਭਾਜੀ ਦੇ ਵਿੱਚ। ਅੱਜ ਭਾਜੀ ਨਾਲ ਆਪਾਂ ਜਿਸ ਮੁੱਦੇ ਤੇ ਗੱਲ ਕਰਾਂਗੇ ਉਹ ਮੁੱਦਾ ਹੈ ਪੰਚ, ਸਰਪੰਚ, ਮੈਂਬਰ, ਐਮਸੀ ਜਾਂ ਜਿਸ ਵੀ ਅਹੁਦੇ ਤੇ ਔਰਤਾਂ ਇਲੈਕਟਡ ਹੈ ਉਹ ਅਹੁਦੇ ਤੇ ਉਹ ਸਿਰਫ ਸਾਰੀਆਂ ਨਹੀਂ ਕੁਛ 70-80% ਜਿਹੜੀਆਂ ਉਹ ਸਿਰਫ ਐਜ਼ ਅ ਰਬੜ ਸਟੈਂਪ ਉਹਨਾਂ ਨੂੰ ਯੂਜ਼ ਕੀਤਾ ਜਾਂਦਾ, ਉਹਨਾਂ ਦੀ ਥਾਂ 'ਤੇ ਜਿਹੜੇ ਫੈਸਲੇ ਹੈ ਉਹਨਾਂ ਦੀ ਥਾਂ 'ਤੇ ਜਿਹੜੇ ਸਿਗਨੇਚਰ ਹੈ ਜਾਂ ਸਰਕਾਰੀ ਕਾਗਜ਼ਾਂ ਦੇ ਵਿੱਚ ਜਿਹੜੇ ਮੀਟਿੰਗ ਸੈਂਡ ਕਰਦੇ ਆ ਉਹ ਉਹਨਾਂ ਦੇ ਹਸਬੈਂਡ, ਉਹਨਾਂ ਦੇ ਪੁੱਤਰ, ਉਹਨਾਂ ਦੇ ਸਹੁਰੇ ਜਾਂ ਕੋਈ ਨਜ਼ਦੀਕੀ ਰਿਸ਼ਤੇਦਾਰ, ਤੁਸੀਂ ਸਮਝ ਗਏ ਹੋਵੋਗੇ, ਉਹ ਅਟੈਂਡ ਕਰਦੇ ਆ, ਉਹ ਫੈਸਲੇ ਲੈਂਦੇ ਆ, ਯਾਨੀ ਕਿ ਔਰਤਾਂ ਨੂੰ ਪਿੱਛੇ ਰੱਖਿਆ ਜਾਂਦਾ ਹੈ, ਫੈਸਲੇ ਮਰਦ ਆਪ ਮੂਹਰੇ ਹੋ ਕੇ ਲਿੱਤੇ ਜਾਂਦੇ ਆ। ਹੁਣ ਇਹ ਜਿਹੜਾ ਫੈਸਲਾ ਆਇਆ ਹੈਗਾ ਇਹਦੇ ਵਿੱਚ ਕਹਿੰਦੇ ਆ ਵੀ ਜਿਹੜਾ ਉਹਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਉਹਨੂੰ ਮੀਟਿੰਗਸ ਅਟੈਂਡ ਨਹੀਂ ਕਰਨ ਦਿੱਤੀਆਂ ਜਾਣਗੀਆਂ, ਜੇ ਉਹ ਕਰਨਗੇ ਤਾਂ ਚੱਕ ਲਿੱਤੇ ਜਾਣਗੇ, ਹੈ ਨਾ, ਕੋਈ ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਅੱਛਾ, ਸੁਣਨ ਦੇ ਵਿੱਚ ਇਹ ਵੀ ਆ ਰਿਹਾ ਵੀ ਜੇ ਇਹ ਫੈਸਲਾ ਇੰਨ ਬਿੰਨ ਲਾਗੂ ਹੋ ਗਿਆ ਤਾਂ ਜਿਵੇਂ ਪਹਿਲਾਂ ਤੁਸੀਂ ਆਪਾਂ ਸੁਣ ਰਹੇ ਹਾਂ ਜਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਸਰਕਾਰੀ ਮੁਲਾਜ਼ਮ ਜਿਹੜੇ ਹੈਗੇ ਆ ਉਹ ਅਸਤੀਫੇ ਦੇ ਰਹੇ ਆ, ਤਾਂ ਹੋ ਸਕਦਾ ਇਹ ਵੀ ਬਹੁਤ ਸਾਰੇ ਅਸਤੀਫੇ ਦੇ ਜਾਣ, ਸਰਪੰਚੀ ਤੋਂ, ਪੰਚੀ ਤੋਂ, ਮੈਂਬਰਸ ਤੋਂ ਜਾਂ ਐਮਸੀ ਤੋਂ। ਅੱਛਾ, ਹੁਣ ਇਹ ਅਸਤੀਫੇ ਕਿਉਂ ਦੇ ਜਾਣਗੇ ਜਾਂ ਕਿਉਂ ਚੱਕ ਲਏ ਜਾਣਗੇ, ਮਤਲਬ ਇਹਦੇ ਬਾਰੇ ਜਿਹੜੀ ਪੂਰੀ ਜਾਣਕਾਰੀ ਆ ਉਹ ਮੈਨੂੰ ਨਹੀਂ ਸਮਝ ਆਈ, ਤੇ ਆਪਾਂ ਭਾਜੀ ਨਾਲ ਗੱਲ ਕਰਦੇ ਇਹਦੇ ਬਾਰੇ। ਭਾਜੀ ਤੋਂ ਪੁੱਛਦੇ ਆ ਵੀ ਇਹ ਅਸਲ 'ਚ ਮੁੱਦਾ ਹੈ ਕੀ ਹੈ। ਭਾਜੀ, ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹੋਰ ਕਿਵੇਂ ਹੋ? ਠੀਕ ਹੋ? ਭਾਜੀ, ਆਪਣੀ ਮੌਜੂਦਾ ਸਰਕਾਰ ਦੇ ਜਿਹੜੇ ਕੈਬਨਿਟ ਮਿਨਿਸਟਰ ਨੇ ਧਾਲੀਵਾਲ ਸਾਹਿਬ, ਉਹਨਾਂ ਨੇ ਇੱਕ ਬਿਆਨ ਦਿੱਤਾ, ਕਹਿੰਦੇ ਵੀ ਸਾਡੀ ਸਰਕਾਰ ਨੇ ਫੈਸਲਾ ਲੈ ਲਿਆ ਵੀ ਜਿਹੜੇ ਕੋਈ ਮੌਜੂਦਾ ਪੰਚ, ਸਰਪੰਚ ਜਾਂ ਔਰਤਾਂ ਲੇਡੀਜ਼ ਵਗੈਰਾ ਨੇ ਉਹਨਾਂ ਦੇ ਕੋਈ ਰਿਸ਼ਤੇਦਾਰ ਨੇ ਚੂੰ ਚਾਂ ਕੀਤੀ, ਜੇ ਕੋਈ ਮਤਲਬ ਫਾਲਤੂ ਦੀ ਇੰਟਰਫਰੈਂਸ ਕੀਤੀ ਸਰਕਾਰੀ ਕੰਮਾਂ ਦੇ ਜਾਂ ਕੋਈ ਫੈਸਲਾ ਦੀ, ਉਹ ਚੱਕ ਲਾਂਗੇ, ਜੇ ਇੱਧਰ ਗਏ ਤਾਂ ਚੱਕ ਲਾਂਗੇ, ਇੱਧਰ ਗਏ ਤਾਂ ਚੱਕ ਲਾਂਗੇ, ਜੇ ਐਂ ਨਾ ਕੀਤਾ ਤਾਂ ਚੱਕ ਲਾਂਗੇ, ਐਂ ਕੀਤਾ ਤਾਂ ਚੱਕ ਲਾਂਗੇ, ਇਹ ਕੀ ਚੱਕਰ ਹੈ? ਨਾਲੇ ਕਹਿੰਦੇ ਵੀ 70-80% ਤਾਂ ਵੈਸੇ ਅਸਤੀਫੇ ਦੇ ਜਾਣਗੇ, ਇਹ ਕੀ ਮੁੱਦਾ? ਦੇਖੋ, ਅੱਜ ਧਾਲੀਵਾਲ ਸਾਹਿਬ ਜਿਹੜੇ ਆਪਣੇ ਪੰਚਾਇਤੀ ਰਾਜ ਮੰਤਰੀ, ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਸਾਰੇ ਦਫ਼ਤਰਾਂ ਨੂੰ। ਅੱਛਾ, ਜਿਹੜੇ ਵੀ ਦਫ਼ਤਰ ਰਿਲੇਟਡ ਹੈ ਪੰਚਾਇਤੀ ਰਾਜ ਦੇ ਕੰਮਾਂ ਦੇ ਰਿਲੇਟਡ, BDPO ਆਫਿਸ, DC ਆਫਿਸ, ਜੋ ਵੀ ਇਸ ਤਰ੍ਹਾਂ ਦੇ ਜਿੰਨੇ ਵੀ ਚੇਅਰਮੈਨੀ ਆਫਿਸ, ਸਰਪੰਚ, ਮਤਲਬ ਜਿੰਨੇ ਵੀ ਜੋ ਵੀ ਜਿਹੜੇ ਪੰਚਾਇਤੀ ਰਾਜ ਦੇ ਅੰਡਰ ਆਉਂਦੇ, ਪੰਚਾਇਤੀ ਰਾਜ ਜਿਹਨਾਂ ਨਾਲ ਕੰਮ ਪੈਂਦਾ, ਜਿਹੜੇ ਉਹਨਾਂ ਦੇ ਲਿੰਕ ਹੈ, ਜਿਹੜੇ ਕੰਮ ਪੈਂਦੇ, ਜੋ ਸਾਰਾ ਉਹਨਾਂ ਨੂੰ ਇੱਕ ਠੀਕ ਆ ਹਦਾਇਤ ਜਾਰੀ ਕੀਤੀ ਹੈ, ਪਲੱਸ ਉਹਨਾਂ ਨੂੰ ਕਹਿ ਕੇ ਜੀ ਅਗਰ ਇਹ ਫੋਲੋ ਨਾ ਹੋਈ ਤਾਂ ਐਕਸ਼ਨ ਹੋਣਗੇ। ਅੱਛਾ, ਕੁਝ ਨੋਰਮਸ ਦੱਸੇ ਉਹਨਾਂ ਨੇ ਵੀ ਜੇ ਉਹ ਫੋਲੋ ਨਾ ਹੋਏ ਤਾਂ ਉਹਦੇ ਐਕਸ਼ਨ ਹੋਣਗੇ। ਬਿਲਕੁਲ, ਕਿੱਦਾਂ ਦੇ ਐਕਸ਼ਨ ਹੋਣਗੇ ਫਿਰ ਉਹ? ਦੇਖੋ, ਅੱਜ ਪਹਿਲਾ ਮੁੱਦਾ ਸਮਝੋ ਕੀ ਹੈ। ਮੁੱਦਾ ਇਹ ਹੈ ਕਿ ਹਾਲੇ ਤੱਕ, ਅੱਜ ਤੱਕ, ਹਾਲੇ ਥੋੜੇ ਦਿਨ ਪਹਿਲਾਂ ਮੈਂ ਵੀ ਕਈ ਲੋਕਾਂ ਨੂੰ ਪੁੱਛਿਆ, ਕੋਈ ਪਿੰਡ ਵਾਲਿਆਂ ਨੂੰ ਪੁੱਛਿਆ, ਕਈਆਂ ਦਾ ਮੇਰੇ ਕੋਲ ਫੋਨ ਵੀ ਆਏ, ਮੈਂ ਫੋਨ ਕੀਤੇ ਉਹਨਾਂ ਨੂੰ ਪੁੱਛਿਆ, ਤੇ ਇਹ ਮੈਂ ਨਹੀਂ ਕਹਿ ਰਿਹਾ, ਉਹਨਾਂ ਦੀ ਓਪੀਨੀਅਨ ਦੱਸਦਾ, ਅਲੱਗ ਅਲੱਗ ਬੰਦੇ ਨੇ ਅਲੱਗ ਅਲੱਗ ਓਪੀਨੀਅਨ, ਹਾਂਜੀ ਹਾਂਜੀ, ਠੀਕ ਹੈ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਹੁਣ ਕਈਆਂ ਦਾ ਇਹ ਕਹਿਣਾ ਹੈ ਕਿ ਜੀ, ਕੁਛ ਲੋਕਾਂ ਨੇ ਕਿਹਾ ਜੀ 40-50%, ਕੁਛ ਨੇ ਕਿਹਾ ਜੀ 60-70%, ਕਈ ਜਿਹੜੇ ਜ਼ਿਆਦਾ ਉਮਰ ਵਾਲੇ ਨੇ ਜਿਹਨਾਂ ਦੀ ਉਮਰ ਜ਼ਿਆਦਾ ਹੈ ਜਾਂ ਜਿਹਨਾਂ ਨੇ ਜ਼ਿਆਦਾ ਐਕਸਪੀਰੀਅੰਸ ਹੈ, ਜੇ ਕਿਉਂਕਿ ਉਮਰ ਜ਼ਿਆਦਾ ਤਾਂ ਐਕਸਪੀਰੀਅੰਸ ਵੀ ਉਹਨਾਂ ਜ਼ਿਆਦਾ, ਉਹਨਾਂ ਦਾ ਇਹ ਗੱਲ ਕਹਿਣਾ ਹੈ ਕਿ ਜੀ ਹੁਣ ਦਾ ਤਾਂ ਕਾਕਾ ਥੋੜ੍ਹਾ ਜਿਹਾ ਫਰਕ ਪਿਆ, ਪਰ ਪਹਿਲਾਂ ਤਾਂ 90% ਹੀ ਆਏ ਹੁੰਦੇ। ਅੱਛਾ, 70-80-90% ਕੀ ਹੁੰਦਾ ਸੀ ਉਹ ਯਾਰ? ਉਹ ਕੀ ਕਹਿੰਦੇ ਆ ਕਿ ਉਹ ਇਹ ਗੱਲ ਕਹਿੰਦੇ ਨੇ ਕਿ ਜੀ ਇਹ ਮੁੱਦਾ ਕੀ ਹੈ, ਇਹਦੇ 'ਚ ਇਹ ਕਿਹਾ ਗਿਆ ਹੈ ਕਿ ਜੀ ਜਿਹੜੇ ਫੀਮੇਲ ਕੈਂਡੀਡੇਟਸ ਨੇ ਜਾਂ ਇਲੈਕਟਡ ਕੈਂਡੀਡੇਟਸ ਨੇ, ਅੱਛਾ, ਜਿਹਨਾਂ ਦਾ ਚੁਣਾਵ ਹੋ ਚੁੱਕਿਆ, ਜਿੱਤੇ ਹੋਏ, ਜਿਹੜੇ ਜਿੱਤੇ ਹੋਏ ਨੇ, ਸਰਪੰਚ, ਪੰਚ, ਸਾਰੇ ਪਿੱਛੇ। ਈਵਨ ਮੇਰੀ, ਮੈਂ ਗੱਲ ਵੀ ਕੀਤੀ ਲੋਕਾਂ ਨੇ ਐਮਸੀ ਬਾਰੇ ਵੀ, ਮੈਨੂੰ ਇਹ ਗੱਲ ਕਹੀ ਕਿ ਐਮਸੀ ਵਗੈਰਾ ਦੇ ਵਿੱਚ ਵੀ ਆਹੀ ਸਾਰਾ ਕੁਛ, ਵੀ ਜਿਹੜੀਆਂ ਔਰਤਾਂ ਜਿੱਤੀਆਂ ਹੋਈਆਂ ਨੇ, ਔਰਤਾਂ ਫੀਮੇਲ ਕੈਂਡੀਡੇਟ, ਜਿਹੜੀ ਔਰਤਾਂ ਜਿੱਤੀਆਂ ਹੋਈਆਂ ਨੇ, ਠੀਕ ਹੈ, ਉਹ ਕੀ ਹੈ, ਉਹ ਸਿਰਫ ਇੱਕ ਰਬੜ ਦੀ ਸਟੈਂਪ ਬਣ ਜਾਂਦੀ ਹੈ, ਠੀਕ ਹੈ, ਠੀਕ ਹੈ, ਸਾਰੇ ਕੰਮ ਸਾਰਾ ਕੁਛ, ਈਵਨ ਮੀਟਿੰਗਸ ਵੀ ਜਿਹੜੇ ਅਟੈਂਡ ਉਹਨਾਂ ਦੇ ਘਰ ਵਾਲੇ ਜਾਂ ਉਹਨਾਂ ਦਾ ਬੇਟਾ ਜਾਂ ਉਹਨਾਂ ਦੇ ਰਿਸ਼ਤੇਦਾਰ ਅਟੈਂਡ ਕਰ ਰਹੇ, ਉਹ ਆਪ ਅਟੈਂਡ ਹੀ ਨਹੀਂ ਕਰਦੇ, ਫਿਰ ਇਹ ਹੁੰਦਾ ਹੀ ਹੈ। ਹਾਂ, ਤੇ ਕਈ ਜਗ੍ਹਾ ਤਾਂ ਇਹ ਵੀ ਕਿਹਾ ਗਿਆ ਕਿ ਜੀ ਉਹ ਤਾਂ ਕਦੇ ਗਏ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਸਰਪੰਚੀ ਦੇ ਕੰਮ ਕੀ ਹੁੰਦੇ ਨੇ, ਕਿਵੇਂ ਕੀਤੇ ਜਾਂਦੇ ਨੇ, ਕਿੱਥੇ ਮੀਟਿੰਗ ਅਟੈਂਡ ਕਰਨੀ ਹੈ, ਕਿਵੇਂ ਕਰਨੀ ਹੈ, ਕੀ ਉੱਥੇ ਬੋਲਣਾ ਕੀ ਨਹੀਂ ਬੋਲਣਾ, ਇਹ ਵੀ ਨਹੀਂ ਪਤਾ ਹੁੰਦਾ। ਬਿਲਕੁਲ, ਹੁਣ ਕਈ ਜਗ੍ਹਾ ਤਾਂ ਇਹ ਜਾ ਵੀ, ਮਤਲਬ ਤੁਸੀਂ ਮੰਨੋਗੇ, ਕਈ ਲੋਕਾਂ ਨੇ ਤਾਂ ਮੈਨੂੰ ਇਹ ਵੀ ਡਿਟੇਲ ਦਿੱਤੀ, ਆਪਾਂ ਨੂੰ ਪਤਾ ਵੀ ਹੈ, ਪਰ ਮੈਂ ਇਹ ਦੱਸਦਾ ਕਿ ਲੋਕਾਂ ਨੇ ਕਿਹਾ, ਕਿਉਂਕਿ ਮੈਂ ਲੋਕਾਂ ਦੀਆਂ ਰਾਏ ਜ਼ਿਆਦਾ ਜਾਣਨਾ ਚਾਹੁੰਦਾ, ਉਹ ਤੁਹਾਨੂੰ ਦੱਸਣਾ ਕਿ ਲੋਕਾਂ ਨੇ ਇਹ ਗੱਲ ਕਹੀ ਕਿ ਬਿਲਕੁਲ ਸਹੀ ਗੱਲ ਹੈ,
ਮੈਂ ਇੱਕ ਦੋ ਜਣਿਆਂ ਨੇ ਫੋਨ ਕੀਤੇ ਜਿੱਥੇ ਫੀਮੇਲ ਸਰਪੰਚ ਨੇ, ਉਹਨਾਂ ਨੇ ਇੱਕੋ ਗੱਲ ਕਹੀ, ਮੈਂ ਇੱਕ ਨੂੰ ਪੁੱਛਿਆ ਸੀ ਕਿ ਤੁਹਾਡੇ ਫੀਮੇਲ ਸਰਪੰਚ ਨੇ, ਨਾਮ ਨਹੀਂ ਦੱਸੂਗਾ, ਉਹਨਾਂ ਨੇ ਮੈਨੂੰ ਇਹ ਗੱਲ ਕਹੀ, ਉਹ ਕਹਿੰਦੇ ਜੀ ਸਾਡਾ ਕੋਟ ਨਾ ਕਰਿਆ ਜੀ, ਅਨਕੋਟ ਅਨਕੋਟ ਉਹਨਾਂ ਨੇ ਇਹ ਗੱਲ ਕਹੀ ਕਿ ਬਾਈ ਜੀ ਕਿ ਜੀ ਤੁਸੀਂ ਸਾਹਿਬ ਕੀ ਗੱਲ ਕਰਦੇ ਹੋ, ਸਾਡੇ ਇੱਥੇ ਜਿਹੜਾ ਸਰਪੰਚ ਹੈ ਉਹਦੇ ਉੱਤੇ ਕੇਸ ਚੱਲਦੇ ਸੀ। ਅੱਛਾ, ਹਾਂ ਉਹਦਾ ਕੋਈ ਰੌਲਾ ਚੱਲਦਾ ਸੀ, ਕੇਸ ਚੱਲਦੇ ਸੀ, ਕੋਈ ਇਹ ਜੀ ਕੋਈ ਘਟਨਾ ਸੀਗੀ ਜਿਹਦੇ ਕਰਕੇ ਉਹ ਆਪ ਨਹੀਂ ਲੜ ਸਕਦਾ ਸੀ ਜਾਂ ਨਹੀਂ ਲੜਨਾ ਚਾਹੁੰਦਾ ਸੀ, ਜਾਂ ਉਹਦੇ ਆਪਦੇ ਬਿਜ਼ਨਸ ਚੱਲਦੇ ਸੀ ਜਾਂ ਕੋਈ ਇਹੋ ਜਿਹਾ ਕੀ ਸੀ। ਇਸ ਕਰਕੇ ਕਹਿੰਦੇ ਮੈਂ 3-4 ਸਰਪੰਚਾਂ ਦੇ ਨਾਂ ਦੱਸ ਸਕਦਾ, ਜਾਂ ਉਹਨਾਂ ਨੇ ਆਪਦੇ ਪਾਸਟ ਐਕਸਪੀਰੀਅੰਸ ਦੀ ਗੱਲ ਕੀਤੀ, ਜਿਹੜੇ ਹੁਣ ਸਰਪੰਚ ਨਹੀਂ ਵੀ ਹੈਗੇ, ਕੁਛ ਹੈਗੇ ਵੀ ਨਹੀਂ ਨਹੀਂ ਵੀ ਹੈਗੇ, ਉਹ ਇਹੋ ਜਿਹੇ ਬੰਦੇ ਨੇ। ਇਸ ਕਰਕੇ ਉਹਨਾਂ ਨੇ ਲੇਡੀਜ਼ ਨੂੰ ਲੜਾਇਆ, ਆਦੀ ਆਦੇ ਘਰੇ ਹੀ ਰੱਖੀ ਸਰਪੰਚੀ, ਉਹਨਾਂ ਨੂੰ ਲੜਾ ਕੇ ਉਹਨਾਂ ਨੂੰ ਜਿਤਾਤਾ। ਕੰਮ ਤਾਂ ਉਹਨਾਂ ਨੇ ਕਰਨੇ ਆ, ਕਹਿੰਦੇ ਕੰਮ ਉਹੀ ਕਰਦੇ, ਫੈਸਲੇ ਸਾਰੇ ਉਹੀ ਲੈਂਦੇ ਨੇ। ਬੀਬੀ ਤਾਂ ਕੱਲੀ ਸਹਿਨ ਕਰਦੀ ਹੈ, ਜੇ ਕੋਈ ਜੇ ਕੋਈ ਗ੍ਰਾਂਟ ਆ ਗਈ ਉਹਦੇ ਤੇ ਸਹਿਨ ਕਰਤਾ, ਜਾਂ ਕੋਈ ਮੀਟਿੰਗ ਲੈ ਲਈ ਉਹਦੇ ਤੇ ਬੀਬੀ ਸਾਈਨ ਕਰ ਦਿੰਦੀ ਆ, ਹੋਰ ਇਦੋਂ ਜ਼ਿਆਦਾ ਬੀਬੀ ਕੁਛ ਨਹੀਂ ਕਰਦਾ, ਹੋਰ ਬੀਬੀ ਪਤਾ ਬੀਬੀ ਨੂੰ ਕੁਛ ਨਹੀਂ ਹੁੰਦਾ ਗਾ। ਹਾਂ, ਮੈਂ ਕਈਆਂ ਨੂੰ ਤਾਂ ਇਹ ਗੱਲ ਕੀਤੀ, ਉਹਨਾਂ ਨੇ ਇੱਕ ਦੋ ਲੜਕਿਆਂ ਨੇ ਤਾਂ ਮਤਲਬ ਜਿਹੜੇ ਯੰਗ ਨੇ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਇਹ ਗੱਲ ਕਹੀ ਕਿ ਜੀ ਤੁਸੀਂ ਐਂ ਕਰੋ, ਸਰਪੰਚ ਸਰਪੰਚ ਮੈਡਮ ਸਰਪੰਚ ਸਾਹਿਬਾਂ ਨੂੰ ਬੀਬੀ ਨੂੰ ਬੀਬੀ ਜੀ ਨੂੰ ਇਹ ਪੁੱਛ ਲਓ ਸਰਪੰਚ ਸਾਹਿਬਾਂ ਨੂੰ ਕਿ ਜੀ ਕਿ ਅਸਲ 'ਚ ਪ੍ਰੋਸੀਜਰ ਕੀ ਹੁੰਦਾ, ਉਹਨਾਂ ਨੂੰ ਪਤਾ ਹੀ ਨਹੀਂ ਪ੍ਰੋਸੀਜਰ ਕੀ ਹੈ, ਪੈਸਾ ਕਿੱਥੋਂ ਆਉਣਾ ਲਾਉਣਾ ਕਿੱਥੇ ਆ, ਉਹ ਕਹਿਣਗੇ ਇਹਦਾ ਕੱਲੇ ਸਾਈਨ ਹੀ ਕਰਨੇ ਹੁੰਦੇ, ਕੁਛ ਨਹੀਂ ਪਤਾ ਸਾਰਾ ਕੁਛ, ਜਾਂ ਤਾਂ ਉਹਨਾਂ ਦਾ ਮੁੰਡਾ ਜਾਂ ਉਹਨਾਂ ਦਾ ਰਿਸ਼ਤੇਦਾਰ ਜਾਂ ਉਹਨਾਂ ਦਾ ਘਰ ਵਾਲਾ, ਜ਼ਿਆਦਾਤਰ ਘਰ ਵਾਲਾ ਹੀ ਹੈ ਜਾਂ ਮੁੰਡੇ ਨੇ ਜਿਹੜੇ ਉਹ ਦੇਖਦੇ ਨੇ, ਅਦਰਵਾਈਜ਼ ਉਹ ਕਰਨ ਕਰਾਉਣ ਨੂੰ ਉਹਨਾਂ ਨੂੰ ਨਹੀਂ ਪਤਾ, ਮਤਲਬ ਰੌਲਾ ਚੌਧਰ ਦਾ ਹੈ ਉਹ ਨਹੀਂ ਜਾਣ ਦਿੰਦੇ, ਉਹ ਕਿਸੇ ਵੀ ਹੱਦ ਤੇ ਜਾ ਕੇ ਕਰ ਲੈਂਦੇ ਆ। ਹੁਣ ਇਹ ਰੌਲਾ, ਹੁਣ ਇਹ ਜਿਹੜੀ ਚੀਜ਼ ਹੈ ਇਸ ਚੀਜ਼ ਨੂੰ ਠੀਕ ਕਰਨ ਵਾਸਤੇ ਉਹਨਾਂ ਨੇ ਕੀ ਕਿਹਾ ਹੈ ਕਿ ਜਿਹੜੇ ਧਾਲੀਵਾਲ ਸਾਹਿਬ ਨੇ, ਉਹਨਾਂ ਨੇ ਕਿਹਾ ਕਿ ਜੀ ਅੱਜ ਤੋਂ ਬਾਅਦ ਠੀਕ ਹੈ ਜਿਹੜੀ ਮੀਟਿੰਗਸ ਹੋਣਗੀਆਂ, ਅੱਛਾ ਉਹਦੇ ਵਿੱਚ ਜਿਹੜਾ ਸਰਪੰਚ ਹੈ ਐਕਚੁਅਲ ਦੇ ਵਿੱਚ, ਜਿਹੜੀ ਫੀਮੇਲ ਆਪ ਸਰਪੰਚ ਜਿਹਦਾ ਨਾਮ ਹੈ, ਜਿਹਦਾ ਨਾਮ ਹੈ ਜੋ ਐਕਚੁਅਲ ਇਲੈਕਟਡ ਹੈ, ਉਹੀ ਮੀਟਿੰਗ ਦੇ ਵਿੱਚ ਆ ਸਕਦੀ ਹੈ, ਉਹਦੀ ਜਗ੍ਹਾ ਕੋਈ ਹੋਰ ਨਹੀਂ ਆ ਸਕਦਾ, ਜਾਂ ਉਹਦੇ ਨਾਲ ਵੀ ਕੋਈ ਹੋਰ ਨਹੀਂ ਆ ਸਕਦਾ, ਕੋਈ ਰਿਸ਼ਤੇਦਾਰ ਨਹੀਂ ਆ ਸਕਦਾ। ਹੁਣ ਤਾਂ ਵਿਚਾਰੇ ਫਸ ਜਾਣਗੇ, ਫਿਰ ਫਸ ਜਾਣਗੇ ਕਿਉਂਕਿ ਉਹ ਆ ਨਹੀਂ ਸਕਦਾ, ਸਰਪੰਚ ਹੀ ਆ, ਕਿਉਂਕਿ ਉਹਨੂੰ ਸਮਝ ਨਹੀਂ ਆਉਣੀ ਅੰਦਰ ਕੀ ਚੱਲੀ ਜਾਂਦਾ ਕੀ ਨਹੀਂ ਚੱਲੀ। ਗੱਲ ਇਹ ਹੈ ਇਹਦੇ 'ਚ ਮਤਲਬ ਇਹ ਨਹੀਂ ਹੈ ਕਿ ਕਿਸੇ ਨੂੰ ਆਉਣ ਵਾਸਤੇ ਰੁਕੇ, ਅਸਲ 'ਚ ਇਹਨਾਂ ਦਾ ਮਕਸਦ ਇਹ ਹੈ ਕਿ ਫੀਮੇਲ ਜਿਹੜੇ ਹੈ ਨਾ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ, ਉਹ ਆਪਦਾ ਆਪਦੇ ਦਮ ਤੇ ਕੰਮ ਕਰਨ, ਜੋ ਵੀ ਕਰਨ ਕੰਮ ਕਰਨ, ਉਹਨਾਂ ਨੂੰ ਸਮਝ ਆਵੇ, ਕਿਉਂਕਿ ਜੇ ਕੰਮ ਕਰਨਾ ਹੋਊਗਾ ਨਹੀਂ ਪਤਾ ਹੋਊਗਾ ਤਾਂ ਕਦੋਂ ਤਿਆਰੀ ਕਰਕੇ ਜਾਣਗੇ। ਹਾਂ ਬੀਬੀ ਤਿਆਰੀ ਕਰਕੇ ਜਾਓ, ਠੀਕ ਹੈ, ਪਰ ਉਹ ਪਹਿਲਾਂ ਜ਼ਿਆਦਾ ਅਨਪੜ੍ਹ ਹੁੰਦੀ ਹੈ, ਜਾਂ ਉਹ ਜਿਵੇਂ ਪਹਿਲਾਂ ਤੁਸੀਂ ਦੱਸਿਆ ਵੀ 70-80%, 90% ਆਏ ਸੀ। ਹਾਂ ਠੀਕ ਹੈ, ਉਹਨੂੰ ਕਹਿੰਦੇ ਉਹ ਤਿਆਰੀ ਕਰਕੇ ਜਾਣਗੇ, ਔਰ ਗੱਲ ਵੀ ਸਹੀ, ਉਹ ਤਿਆਰੀ ਕਰਕੇ ਜਾਣੀ ਹੈ ਜੀ, ਕਿਉਂਕਿ ਜਦੋਂ ਪਤਾ ਅੱਗੇ ਜਾ ਕੀ ਬੋਲਣਾ ਤਿਆਰੀ ਤਾਂ ਕਰਕੇ ਜਾਣਗੇ ਨਾ। ਹੁਣ ਨਾਲੇ ਸਰਕਾਰ ਵੀ, ਹੁਣ ਆਮ ਆਦਮੀ ਪਾਰਟੀ ਦੇ ਜਵਾਬ ਮੰਗਦੇ ਲੋਕ, ਹਾਂ ਜਵਾਬ ਮੰਗਦੇ, ਉਹਨੂੰ ਤਿਆਰੀ ਕਰਕੇ ਜਾਣਗੇ ਇੱਕ ਚੀਜ਼। ਹੁਣ ਇਹਦੇ ਵਿੱਚ ਕਈ ਐਂਗਲ ਨੇ, ਦੇਖੋ ਹੁਣ ਇਹਦੇ ਵਿੱਚ ਕਈ ਐਂਗਲ ਨੇ, ਹੁਣ ਇਹਦੇ ਵਿੱਚ ਬਹੁਤ ਵੱਡਾ ਭੂਚਾਲ ਆਊਗਾ। ਅੱਛਾ, ਹੁਣ ਭੂਚਾਲ ਇਹ ਆਊਗਾ ਕਿ ਆਉਣ ਵਾਲੇ ਇਲੈਕਸ਼ਨਾਂ ਦੀ ਤਿਆਰੀ ਵੀ ਹੈ, ਇਲੈਕਸ਼ਨਸ ਹੁਣ ਜਿਹੜੇ ਅੱਗੇ ਇਲੈਕਸ਼ਨਸ ਆ, ਅੱਛਾ ਐਮਸੀ ਦੇ ਇਲੈਕਸ਼ਨਸ ਜਿਹੜੇ ਹੋਣਗੇ, ਐਮਸੀ ਦੇ ਆਣਗੇ, ਪੰਚ ਸਰਪੰਚੀ ਦੇ ਆਉਣਗੇ, ਪੰਚ ਸਰਪੰਚੀ ਸਾਰਿਆਂ ਦੀ ਤਿਆਰੀ ਹੈ ਐਕਚੁਅਲ ਦੇ ਵਿੱਚ। ਅੱਛਾ, ਤਾਂ ਉਦੋਂ ਪਹਿਲਾਂ ਇਹਨਾਂ ਨੇ ਸਿਸਟਮ ਕਰਤਾ ਵੀ ਜਿਹੜਾ ਕੋਈ ਆਪਦਾ ਨਰੋਲ ਹੋ ਕੇ ਆਵੇ, ਜਿਹਨੂੰ ਕੁਝ ਪਤਾ ਹੈਗਾ, ਜਿਹਨੂੰ ਨਹੀਂ ਪਤਾ ਉਹਦਾ ਘਰੇ ਬੈਠੇ, ਕਿਉਂਕਿ ਹੁਣ ਤੋਂ ਪਹਿਲਾਂ ਆਪਦੀ ਘਰਵਾਲੇ ਨੂੰ ਦਵਾ ਕੇ ਟਿਕਟ ਖੜਾ ਕਰਦਾ ਜਾਂਦਾ ਕਿ ਕੰਮ ਤਾਂ ਮੈਂ ਹੀ ਕਰਨਾ, ਜਾਂ ਕੋਈ ਤਕੜਾ ਬੰਦਾ ਖੜਾ ਕਰਦਾ ਗਰੀਬ ਨੂੰ, ਜਿਵੇਂ ਰਿਜ਼ਰਵ ਸੀਟ ਹੁੰਦੀ ਸੀਗੀ ਵੀ ਤੁਸੀਂ ਖੜੇ ਹੋ ਜਾਓ, ਪੈਸਾ ਸਾਰਾ ਅਸੀਂ ਲਾਵਾਂਗੇ, ਤੇ ਬਾਕੀ ਤੁਸੀਂ ਰਬੜ ਦੀ ਮੋਹਰ, ਤੁਸੀਂ ਐਂ ਸਿਸਟਮ। ਅੱਛਾ ਹਾਂ, ਇਹ ਵੀ ਇੱਕ, ਇਹ ਵੀ ਹੁਣ ਤੁਸੀਂ ਦੱਸਤਾ ਤੇ ਇਹ ਵੀ ਕਿਸੇ ਨੇ ਮੈਨੂੰ ਦੱਸਿਆ, ਪਰ ਮੈਨੂੰ ਕਹਿਣਾ ਨਹੀਂ ਚਾਹੁੰਦਾ ਸੀ, ਪਰ ਇਹ ਹੋ ਸਕਦਾ ਹੈ, ਹੁੰਦਾ ਹੈ, ਕਹਿ ਲੋਕ ਹੁੰਦਾ ਹੈ, ਹੁੰਦਾ ਹੈ, ਹਾਂ ਲੋਕ ਇਹ ਗੱਲ ਕਹਿੰਦੇ ਨੇ, ਠੀਕ ਹੈ। ਅੱਛਾ, ਹੁਣ ਇਹਦੇ ਵਿੱਚ ਜਦੋਂ ਇਹ ਸਾਰੀਆਂ ਚੀਜ਼ਾਂ, ਹੁਣ ਜਿਹੜੇ ਲੋਕ ਨੇ ਹੁਣ ਉਹ ਬਹੁਤ ਸੋਚ ਸਮਝ ਕੇ ਸਰਪੰਚੀ ਦੇ ਚੁਣਾਵ ਲੜਨਗੇ ਜਾਂ ਲੜਵਾਉਣਗੇ, ਕਿਉਂਕਿ ਪਤਾ ਹੈ ਕਿ ਜਾ ਕੇ ਉਸੇ ਬੰਦੇ ਨੇ ਕੰਮ ਕਰਨਾ, ਉਹਦੀ ਜਗ੍ਹਾ ਕੋਈ ਕੰਮ ਨਹੀਂ ਕਰਦਾ, ਵੀ ਐਕਸ ਵਾਈ ਜੈਡ ਕੋਈ ਵੀ ਖੜਾ ਨਹੀਂ ਕਰਨਗੇ। ਹੁਣ ਜਿਹੜਾ ਮੰਨ ਲਓ ਮੈਨੂੰ ਕਹਿੰਦਾ ਕਿਸੇ ਨੇ, ਤੇ ਮੈਨੂੰ ਕੱਖ ਦਾ ਪਤਾ ਨੀਗਾ, ਤੇ ਮੈਂ ਪਹਿਲੇ ਜਵਾਬ ਦੇ ਦੂੰਗਾ, ਭਰਾਵਾ ਮੈਨੂੰ ਨੀ ਪਤਾ ਗਾ, ਤੁਸੀਂ ਆਪਦਾ ਆਪ ਦੇਖੋ, ਬਿਲਕੁਲ ਠੀਕ ਹੈ। ਹੁਣ ਇਹ ਚੀਜ਼ਾਂ, ਹੁਣ ਇਹ ਅਗਲੇ ਆਉਣ ਵਾਲੇ ਸਰਪੰਚੀ ਚੁਣਾਵਾਂ 'ਚ ਫਰਕ ਪਊ, ਮਤਲਬ ਪੜ੍ਹੇ ਲਿਖੇ ਤੇ ਜੋ ਸੂਝਵਾਨ ਲੋਕ ਆਉਣਗੇ ਮੂਰੇ, ਬਿਲਕੁਲ ਹੁਣ ਜਿਹੜੀ ਲੇਡੀਜ਼ ਕੈਂਡੀਡੇਟਸ ਆਉਣਗੀਆਂ, ਉਹ ਐਕਚੁਅਲ ਦੇ ਵਿੱਚ ਕੈਂਡੀਡੇਟਸ ਹੋਣਗੀਆਂ, ਨਾ ਕਿ ਰਬੜ ਦੀਆਂ ਮੋਹਰਾਂ, ਲੀਡਰਸ ਹੋਣਗੇ, ਹੁਣ ਅਸਲ 'ਚ ਲੀਡਰਸ ਹੋਣਗੇ, ਔਰ ਇਹਦੇ ਨਾਲ ਚੀਜ਼ਾਂ ਬਹੁਤ ਅੱਗੇ ਜਾਣਗੀਆਂ, ਕਿਉਂਕਿ ਲੇਡੀਜ਼ ਨੂੰ ਹਲੇ ਤੱਕ ਪੂਰੀ ਸਹੀ ਤਰੀਕੇ ਨਾਲ ਰਿਪ੍ਰੈਜੈਂਟੇਸ਼ਨ ਨਹੀਂ ਮਿਲਦੀ ਸੀ। ਹੁਣ ਜਿਵੇਂ ਕੋਈ ਲੈ ਕੇ, ਜੇ ਕੋਈ ਕਹਿ ਰਿਹਾ 90%, ਐਂ ਹੁੰਦਾ ਸੀ, ਕੋਈ ਕਹਿੰਦਾ 70% ਆਇਆ ਹੁੰਦਾ, ਕੋਈ ਕਹਿੰਦਾ 60% ਹੁੰਦਾ, ਜੇ ਅਗਰ 60% ਵੀ ਆਏ ਹੁੰਦਾ ਤਾਂ ਵੀ ਅਗਰ ਦੇਖਿਆ ਜਾਵੇ ਤਾਂ ਪਹਿਲੇ ਹੀ ਲੇਡੀਜ਼ ਕੈਂਡੀਡੇਟ ਬਹੁਤ ਘੱਟ ਹੁੰਦੀਆਂ ਨੇ ਉਹਦੇ ਵਿੱਚ। ਅਗਰ ਮੈਂ ਕਹਿੰਦਾ ਅਗਰ ਆਪਾਂ ਚਲੋ ਇੱਕ 60 ਕੋਈ 60 ਕਹਿ ਰਿਹਾ ਤਾਂ ਕੋਈ 90 ਕਹਿ ਰਿਹਾ ਵਿਚਾਲਾ ਆਇਆ ਫੜ ਲੈਣੀ, 70% ਵੀ ਲੈ ਲਈ, ਜੇ ਆਪਾਂ ਵਿਚਾਲਾ ਸਮਝਿਆ, ਅਗਰ 70% ਵੀ ਲੈ ਲਈ, ਅਗਰ 70% ਵੀ ਆਹ ਕੰਮ ਹੋ ਰਿਹਾ ਤਾਂ ਇਹਦਾ ਮਤਲਬ ਉਹ 70% ਪਹਿਲਾਂ ਹੀ ਲੇਡੀਜ਼ ਕੈਂਡੀਡੇਟ ਘੱਟ ਹੈ, ਉਹਦੇ ਵਿੱਚ 70% ਲੇਡੀਜ਼ ਇਹ ਕੰਮ
ਬੀਬੀਆਂ ਸਹੀ ਸਰਪੰਚ ਬਣੀਆਂ ਜਾਂ ਸਹੀ ਐਮਸੀ ਬਣੀਆਂ ਤਾਂ ਆਉਣ ਵਾਲੇ ਟਾਈਮ 'ਚ ਉਹੀ ਅੱਗੇ ਵੱਧ ਵੱਧ ਕੇ ਕੋਈ ਐਮਐਲਏ ਬਣੂਗੀ, ਕੋਈ ਸੀਐਮ ਵੀ ਬਣੂਗੀ, ਸੀਐਮ ਕਿਉਂਕਿ ਸੀਐਮ ਬਹੁਤ ਘੱਟ ਨੇ ਲੇਡੀਜ਼, ਬਹੁਤ ਘੱਟ ਮੰਤਰੀ ਨੇ ਲੇਡੀਜ਼, ਸੀਐਮ ਜਾਂ ਪੀਐਮ ਦੇ ਉਸ ਹਾਂ ਸੀਐਮ ਪੀਐਮ ਦੇ ਅਹੁਦਿਆਂ ਤੱਕ, ਮੰਤਰੀਆਂ ਦੇ ਅਹੁਦਿਆਂ ਤੱਕ ਫਿਰ ਲੇਡੀਜ਼ ਬਹੁਤ ਜ਼ਿਆਦਾ ਪਹੁੰਚ ਸਕਣਗੀਆਂ, ਉਹ ਰਬਰ ਸਟੈਂਪਾਂ ਨਹੀਂ ਹੋਣਗੀਆਂ, ਟਰੂ ਲੀਡਰ ਹੋਣਗੀਆਂ ਕਿਉਂਕਿ ਉਹ ਜ਼ੀਰੋ ਤੋਂ ਚੱਲੇ ਆ। ਸ਼ੋਸ਼ਣ ਵੀ ਘਟੂਗਾ ਇਹਦੇ ਨਾਲ, ਸ਼ੋਸ਼ਣ ਬਹੁਤ ਜ਼ਿਆਦਾ ਘਟੂਗਾ ਜੀ, ਹੈ ਨਾ, ਬਹੁਤ ਜ਼ਿਆਦਾ ਘਟੂਗਾ। ਇਹ ਐਕਚੁਅਲੀ ਦੇਖੋ ਇੱਕ ਪਾਰਟ ਸੋਸ਼ਲ ਦਾ ਹੀ ਪਾਰਟ ਹੈ ਨਾ ਜੀ, ਅਗਰ ਤੁਸੀਂ ਦੇਖੋ ਤੇ ਸੋਸ਼ਲ ਦਾ ਹੀ ਪਾਰਟ ਹੈ ਕਿ ਬਣਾ ਤਾਂ ਘਰਵਾਲੀ ਨੂੰ ਪਰ ਕਰੂੰ ਸਾਰਾ ਕੁਝ ਮੈਂ, ਜਾਂ ਬਣਾ ਤਾਂ ਮਾਂ ਨੂੰ ਕਰੂੰ ਸਾਰਾ ਕੁਝ ਮੈਂ, ਜਾਂ ਬਣਾ ਤਾਂ ਰਿਸ਼ਤੇਦਾਰ ਨੂੰ ਕਰੂੰ ਮੈਂ, ਆ ਬਣਾ ਤਾਂ ਭੈਣ ਨੂੰ ਕਰੂੰ ਮੈਂ, ਬਣਾ ਤਾਂ ਕੁੜੀ ਨੂੰ ਕੰਮ ਮੈਂ ਕਰੂੰ। ਅੱਛਾ ਹੁਣ ਬੰਦਾ ਇਹ ਵੀ ਨਹੀਂ ਕਹਿ ਸਕਦਾ ਵੀ ਤੈਨੂੰ ਨਹੀਂ ਕੁਝ ਪਤਾ, ਤੂੰ ਬੈਠ ਤੇ ਮੈਂ ਆਪੇ ਜਾ ਕੇ ਆਉਂਦਾ ਮੀਟਿੰਗ, ਮੈਂ ਜਾ ਕੇ ਆਉਂਦਾ, ਅਗਲੇ ਨੇ ਵੜਨ ਹੀ ਨਹੀਂ ਦੇਣਾ, ਬਿਲਕੁਲ ਹੁਣ ਉਹ ਮੀਟਿੰਗ। ਅੱਛਾ ਹੁਣ ਆ ਜਿਹੜਾ ਚੱਕਲੋ ਚੱਕਲੋ ਚੱਕਲੋ, ਇਹਦਾ ਕੀ ਚੱਕਲੋ ਚੱਕਲੋ ਕੀਤੀ ਆ? ਇਹ ਚੱਕਲੋ ਚੱਕਲੋ ਆਏ ਕੀਤੀ ਹੈ ਕਿ ਜੀ ਅੱਜ ਤੋਂ ਪਹਿਲਾਂ ਉਹਨਾਂ ਨੇ ਕਿਹਾ ਜੀ ਜਿਹੜੇ ਬੀਡੀਪੀਓ ਹੈ ਜਾਂ ਜਿਹੜੇ ਵੀ ਸੰਬੰਧਿਤ ਡਿਪਾਰਟਮੈਂਟ ਜਾਂ ਪੰਚਾਇਤ ਸੈਕਟਰੀ ਆ ਜੋ ਵੀ ਹੈ, ਉਹਨਾਂ ਨੂੰ ਕਹਿੰਦਾ ਕਿ ਭਾਈ ਸਾਹਿਬ ਅੱਜ ਤੋਂ ਬਾਅਦ ਅਗਰ ਇਲੈਕਟਿਡ ਮੈਂਬਰ ਤੋਂ ਇਲਾਵਾ ਅਗਰ ਕੋਈ ਆਇਆ ਮੀਟਿੰਗ ਅਟੈਂਡ ਕਰਨਾ, ਸੋ ਤੁਸੀਂ ਮੀਟਿੰਗ ਅਟੈਂਡ ਕਰਵਾਈ ਜਾਂ ਉਹਨਾਂ ਨੂੰ ਅੰਦਰ ਬਿਠਾਇਆ ਤਾਂ ਤੁਹਾਡੇ ਤੇ ਕਾਰਵਾਈ ਹੋਊਗੀ। ਇੱਕ ਉਹਦੇ ਤੇ ਕਾਰਵਾਈ ਹੋਊਗੀ, ਦੂਜਾ ਕੀ ਦੱਸਿਆ ਗਿਆ ਜੀ ਉਹਦੀ ਜਗ੍ਹਾ ਤੇ ਸਾਈਨ ਕਰ ਦਿੰਦੇ ਨੇ, ਮਤਲਬ ਜਿਹੜੇ ਇਲੈਕਟਿਡ ਮੈਂਬਰਸ ਦੀ ਜਗ੍ਹਾ ਦੂਜੇ ਬੰਦੇ ਸਾਈਨ ਕਰ ਰਹੇ, ਮਤਲਬ ਗਵਰਨਮੈਂਟ ਆਫੀਸ਼ੀਅਲ ਲੈਟਰਸ ਜਿਹੜੇ ਹੁੰਦੇ ਆ ਜਾਂ ਹਾਂ ਜਾਂ ਕਈ ਜਿਵੇਂ ਕੋਈ ਮੁੱਦਾ ਪੈ ਗਿਆ, ਕੋਈ ਮਤਾ ਪੈ ਗਿਆ ਜਾਂ ਕੋਈ ਛੋਟੀ ਆਫੀਸ਼ੀਅਲੀ ਹੋ ਗਿਆ, ਉਹ ਆਫੀਸ਼ੀਅਲ ਹੋ ਗਿਆ ਜਾਂ ਅਨਆਫੀਸ਼ੀਅਲ ਜਿਵੇਂ ਮਰਜ਼ੀ ਕਰ ਦਿੰਦੇ ਛੋਟੀ ਜਿਹੀ, ਉਹ ਸਾਈਨ ਕਰ ਦਿੰਦੇ ਆਥੋਰਾਈਜ਼ ਬਣ, ਆਥੋਰਾਈਜ਼ ਸਿਗਨੇਟਰੀ ਬਣ ਕੇ ਜਾਂ ਉਹਨਾਂ ਦੀ ਜਗ੍ਹਾ ਸਾਈਨ ਕਰਦੇ, ਜੋ ਸਾਰਾ ਕੁਝ ਹੋਇਆ ਉਹਦੇ ਤੇ ਕਾਰਵਾਈ ਕਰੋ। ਹੁਣ ਉਸ ਤੇ ਕਾਰਵਾਈ ਦੇ ਉੱਤੇ ਧਾਰਾਵਾਂ ਅਲੱਗ ਅਲੱਗ ਲੱਗਣਗੀਆਂ, ਉਹਨਾਂ ਨੂੰ ਸਵਾਲ ਵੀ ਪੁੱਛਿਆ ਗਿਆ, ਉਹੀ ਤੁਹਾਨੂੰ ਪੁੱਛ ਰਿਹਾ ਸੀ ਕਿੱਦਾਂ ਦੀ ਕਾਰਵਾਈ ਹੋ ਸਕਦੀ ਹੈ। ਸੋ ਕਾਰਵਾਈ ਕਈ ਤਰ੍ਹਾਂ ਦੀ ਹੋ ਸਕਦੀ, ਦੇਖੋ ਜੀ ਅਗਰ ਕਿਸੇ ਦੀ ਥਾਂ ਤੇ ਤੁਸੀਂ ਸਾਈਨ ਕਰਤਾ ਉਹ 420 ਦਾ ਇਨਪਰਸਨੇਟ ਦਾ ਹੋਇਆ, ਧੋਖਾ ਲੜੀ ਦਾ ਹੈ, ਮਤਲਬ ਕਾਫੀ ਧਾਰਾਵਾਂ ਇੱਕ ਨਹੀਂ ਲੱਗਦੀ, ਜਦੋਂ ਹੁੰਦਾ ਹੁੰਦਾ ਧਾਰਾਵਾਂ ਕਈ ਲੱਗ ਜਾਂਦੀਆਂ। ਅੱਛਾ ਅਗਰ ਇਹ ਧਾਰਾਵਾਂ ਲੱਗਣਗੀਆਂ ਤੇ ਇਹਦੇ ਨਾਲ ਉਹ ਬੰਦਾ ਵੀ ਫਸੂਗਾ, ਸਰਪੰਚ ਦੇ ਉੱਤੇ ਵੀ ਸ਼ਾਇਦ ਕਾਰਵਾਈ ਹੋ ਸਕੇ ਜੇ ਉਸ ਬੰਦੇ ਨੇ ਜੇ ਉਹਨੇ ਨੈਚੁਰਲੀ ਆ ਉਹਦੀ ਥਾਂ ਤੇ ਬੰਦਾ ਉਹ ਕਰ ਰਿਹਾ, ਉਹਦੇ ਜਿਹੜਾ ਕਰ ਰਿਹਾ ਉਹਦੇ ਤੇ ਤਾਂ ਹੋਊਗੀ ਹੋਊਗੀ, ਪਰ ਜਿਹੜਾ ਬੰਦਾ ਜਿਹੜੇ ਜਿਹਦੀ ਥਾਂ ਤੇ ਕਰ ਰਿਹਾ, ਜਿਹਦੀ ਥਾਂ ਤੇ ਕਰ ਰਿਹਾ, ਜੋ ਉਹਦੀ ਥਾਂ ਤੇ ਅਗਰ ਹੋਇਆ ਔਰ ਅਗਰ ਉਹਦੀ ਮਿਸਰੀਪ੍ਰੈਜੈਂਟੇਸ਼ਨ ਹੋਈ ਹੈ ਔਰ ਉਹਨੂੰ ਪਤਾ ਲੱਗਿਆ ਜਾਂ ਉਹ ਜਾਂ ਉਹਨੇ ਕਲੀਅਰ ਕੀਤਾ ਹੈ ਤਾਂ ਕਾਰਵਾਈ ਉਹਦੇ ਤੇ ਵੀ ਹੋ ਸਕਦੀ। ਨੈਚੁਰਲੀ ਆ ਮੀਟਿੰਗ ਦਾ ਸੱਦਾ, ਮੰਨ ਲਓ ਤੁਹਾਡੀ ਵਾਲੀ ਗੱਲ ਆਪਾਂ ਕਰਦੇ ਹਾਂ, ਮੀਟਿੰਗ ਦਾ ਸੱਦਾ ਆਇਆ ਤੇ ਉਹਨੂੰ ਤਾਂ ਪਤਾ ਹੀ ਹੈ ਨਾ ਵੀ ਮੀਟਿੰਗ ਦਾ ਸੱਦਾ ਆਇਆ ਤੇ ਮੇਰੀ ਥਾਂ ਤੇ ਕੌਣ ਜਾ ਰਿਹਾ ਇਹ ਉਹਨੂੰ ਪਤਾ ਹੀ ਹੈ, ਤਾਂ ਫਿਰ ਦੋਨੇ ਜਣੇ ਇਨਵੋਲਵ ਹੈ, ਦੋਨੋਂ ਤਿੰਨੋਂ ਪਾਰਟੀ ਇੰਪਲੀਕੇਟ ਹੋ ਗਿਆ ਨੇ ਨਾ, ਜਿਹੜਾ ਮੀਟਿੰਗ ਦਾ ਜਿਹੜਾ ਜਿਹੜਾ ਜਿਹਨੇ ਮੀਟਿੰਗ ਬੁਲਾਈ ਹੈ ਉਹ ਅਗਰ ਅਲਾਓ ਕਰ ਰਿਹਾ ਤਾਂ ਉਹ ਵੀ ਇੰਪਲੀਕੇਟ ਹੋਊਗਾ, ਜਿਹੜਾ ਉਹਦੀ ਥਾਂ ਤੇ ਗਿਆ ਉਹ ਵੀ ਇੰਪਲੀਕੇਟ ਹੋਊਗਾ, ਜਿਹਦੀ ਥਾਂ ਤੇ ਗਿਆ ਉਹ ਵੀ ਇੰਪਲੀਕੇਟ ਹੋਊਗਾ, ਤਿੰਨੇ ਜਣੇ ਇੰਪਲੀਕੇਸ਼ਨ ਹੋ, ਮਤਲਬ ਇਹ ਹੈ ਚੱਕਲੋ 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 ਕਿੰਨੇ ਥਾਂ ਤੇ ਹੈ। ਸੋ ਇਹ ਸਾਰਾ ਸਿਸਟਮ ਆਇਆ, ਇਹ ਮੁੱਦਾ ਬਹੁਤ ਬਹੁਤ ਵੱਡਾ ਹੈ, ਛੋਟਾ ਨਹੀਂ ਹੈ, ਇਹ ਲੱਗਦਾ ਲੋਕਾਂ ਨੂੰ ਛੋਟਾ ਹੋਊਗਾ ਪਰ ਇਹ ਬਹੁਤ ਵੱਡੀ ਗੱਲ ਹੈ। ਅੱਛਾ ਇਹ ਤੁਹਾਡੀ ਗੱਲ ਵਿੱਚ ਹੈ, ਇਹ ਚੀਜ਼ਾਂ ਕੋਈ ਇਹ ਤਾਂ ਹੈ ਨਹੀਂ ਵੀ ਅੱਜ ਪਹਿਲੀ ਵਾਰੀ ਇਹਨਾਂ ਨੇ ਕੀਤਾ ਹੈਗਾ, ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਇਹੋ ਜਿਹਾ ਕੁਛ ਮਤਲਬ ਐਲਾਨ ਕੀਤੇ ਹੋਣਗੇ, ਮੰਨ ਲਓ ਕੋਈ ਕਾਨੂੰਨ ਬਣਾਏ ਹੋਣਗੇ, ਕਾਨੂੰਨ ਤਾਂ ਬਹੁਤ ਟਾਈਮ ਦਾ ਹੈ, ਇਹ ਕਾਨੂੰਨ ਕੀ ਹੈ ਤਾਂ ਇਹ ਤਾਂ ਸਾਫ਼ ਹੀ ਹੈ, ਇਹ ਤਾਂ ਪਤਾ ਹੀ ਹੈ, ਲੇਕਿਨ ਇਹ ਚੁੱਪ ਚੁੱਪ ਕਿਤੇ ਹੋ ਰਿਹਾ ਸੀ ਤੇ ਪਹਿਲਾਂ ਕੋਈ ਐਕਸ਼ਨ ਨਹੀਂ ਹੁੰਦਾ ਸੀ। ਗੱਲ ਤਾਂ ਹੋਈ ਹੈ ਨਾ ਕਿ ਪਹਿਲਾਂ ਐਕਸ਼ਨ ਨਹੀਂ ਹੋਇਆ, ਪਹਿਲਾਂ ਲੋਕ ਐਕਸੈਪਟ ਕਰਦੇ ਸੀ, ਹੁਣ ਸਰਕਾਰ ਕਹਿ ਰਹੀ ਅਸੀਂ ਐਕਸੈਪਟ ਨਹੀਂ ਕਰਾਂਗੇ, ਲੋਕ ਵੀ ਇਹ ਗੱਲ ਚਾਹੁੰਦੇ ਨੇ, ਪਲੱਸ ਇਹ ਚੀਜ਼ ਚਾਹੀਦੀ ਹੈ ਅਗਰ ਤੁਸੀਂ ਦੁਨੀਆ ਨੂੰ ਸਹੀ ਬਣਾਉਣਾ ਹੈ, ਅਗਰ ਲੇਡੀਜ਼ ਨੂੰ ਅੱਗੇ ਲੈ ਕੇ ਆਉਣਾ ਹੈ, ਸਿਸਟਮ ਕਰਨਾ ਹੈ, ਤਾਂ ਇਹ ਚੀਜ਼ ਚਾਹੀਦੀ ਹੈ ਔਰ ਇਹ ਹੋ ਰਹੀ ਹੈ ਔਰ ਹੋਗੀ, ਕਿਉਂਕਿ ਬਹੁਤ ਇਹੋ ਜਿਹੇ ਲੋਕ ਨੇ ਜਿਹੜੇ ਆਪ ਖੁਦ ਇਲੈਕਸ਼ਨ ਨਹੀਂ ਲੜ ਸਕਦੇ, ਕੋਈ ਉਹਨਾਂ ਦੇ ਕੇਸ ਚੱਲਦਾ ਹੈ ਜਾਂ ਕਾਨੂੰਨੀ ਦਾਇਰੇ ਦੇ ਵਿੱਚ ਲੋਕ ਇਲੈਕਸ਼ਨ ਨਹੀਂ ਲੜ ਸਕਦੇ, ਉਹ ਆਪਦੀ ਘਰਵਾਲੀ ਨੂੰ ਲੜਾ ਦਿੰਦੇ ਨੇ, ਘਰਵਾਲੀ ਵਿਚਾਰੀ ਕੁਛ ਕਰਦੀ ਨਹੀਂ, ਜਾਂ ਆਪਦੀ ਕੁੜੀ ਨੂੰ ਲੜਾ ਦਿੰਦੇ ਨੇ, ਜਾਂ ਕਿਸੇ ਵੀ ਫੀਮੇਲ ਨੂੰ ਘਰੋਂ ਫੀਮੇਲ ਨੂੰ ਲੜਾ ਦਿੰਦੇ ਆ, ਉਹ ਉਹਨਾਂ ਨੂੰ ਰਬਰ ਸਟੈਂਪ ਬਣਾ ਦਿੰਦੇ, ਕੰਮ ਸਾਰੇ ਆਪ ਕਰਨੇ, ਸਾਰੇ ਸਾਰਾ ਧੰਦਾ ਪਾਣੀ ਸਭ ਆਪ ਦੇਖਣਾ, ਸਾਰਾ ਕੁਛ ਆਪ ਕਰਨਾ, ਸਿਰਫ ਉਹਨਾਂ ਦਾ ਨਾਮ ਲੈ ਕੇ ਸਿਰਫ ਉਹਨਾਂ ਦਾ ਨਾਮ ਯੂਜ਼ ਕੀਤਾ ਜਾਂਦਾ ਸੀ, ਮਤਲਬ ਜਿਹੜੀ ਰਿਜ਼ਰਵੇਸ਼ਨ ਲੇਡੀਜ਼ ਵਾਸਤੇ ਕੀਤੀ ਗਈ ਸੀ ਅਸਲ 'ਚ ਤਾਂ ਰਿਜ਼ਰਵੇਸ਼ਨ ਹੋਈ ਨਹੀਂ ਨਾ ਜੀ, ਅਸਲ 'ਚ ਪਹਿਲਾਂ ਤੁਹਾਡੇ ਕਹਿਣਾ ਮਤਲਬ ਇੱਕ ਕੁੱਤੀ ਚੋਰਾਂ ਨਾਲ ਰਲੀ ਹੋਈ ਸੀ। ਹਾਂ ਬਸ ਹੁਣ ਅਗਰ ਉਹਨੇ ਹੀ ਗਾਈਡ ਕਰਦੇ ਸੀਗੇ ਵੀ ਤੁਸੀਂ ਐਂ ਕਰ ਲਓ, ਤੁਸੀਂ ਐਂ ਕਰ ਲਓ, ਵੀ ਔਰਤ ਨੂੰ ਕਹਿੰਦੇ ਸੀ ਵੀ ਪ੍ਰਧਾਨ ਤੂੰ ਹੈ ਹਨਾ, ਪਰ ਫਲਾਣੀ ਚੀਜ਼ ਨੂੰ ਹੱਥ ਨਾਲ ਲਈ। ਸੋ ਮੈਂ ਉਹੀ ਗੱਲ ਕਹਿੰਦਾ ਨਾ ਕਿ ਮੈਂ ਸਾਰਾ ਪਹਿਲਾਂ ਤੁਹਾਨੂੰ ਇਹ ਗੱਲ ਕਿ ਅਗਰ ਇਹ ਇੰਪਲੀਮੈਂਟ ਹੋ ਗਿਆ ਤੇ ਬਹੁਤ ਵੱਡਾ ਚੀਜ਼ ਹੈ, ਅਗਰ ਇੰਪਲੀਮੈਂਟ ਸਹੀ ਤਰੀਕੇ ਨਾਲ ਹੋ ਗਿਆ, ਹੁਣ ਦੇਖੋ ਦੇਖੋ ਨਵੀਂ ਸਰਕਾਰ ਹੈ, ਹੋ ਸਕਦਾ ਹੈ ਇਹ ਅੱਛੇ ਤਰੀਕੇ ਨਾਲ ਇੰਪਲੀਮੈਂਟ ਕਰਾ ਜਾਣ, ਔਰ ਇੰਪਲੀਮੈਂਟ ਕਰਾ ਕੇ ਤਾਂ ਬਹੁਤ ਵਧੀਆ ਚੀਜ਼ ਹੈ, ਇਹ ਚੀਜ਼ ਸਾਰਿਆਂ ਨੂੰ ਪਤਾ ਲੱਗਣੀ ਚਾਹੀਦੀ ਹੈ। ਔਰ ਮੈਂ ਤੁਹਾਨੂੰ ਵੀ ਇਹ ਗੱਲ ਕਹਿਣਾ ਚਾਹੂੰਗਾ ਸਾਰਿਆਂ ਨੂੰ, ਅਗਰ ਤੁਹਾਡੇ ਸਾਹਮਣੇ ਇਹ ਚੀਜ਼ ਹੁੰਦੀ ਹੈ, ਕਿਉਂਕਿ ਪਿੰਡ ਵਾਲਿਆਂ ਨੂੰ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਜੀ ਅਗਰ ਤੁਹਾਡੇ ਪੰਚ ਸਰਪੰਚ ਇਹੋ ਜਿਹਾ ਕੁਛ ਕਰ ਰਿਹਾ, ਉਹਦੀ ਵੀਡੀਓ ਬਣਾ,
कि अगर तुहानू नहीं पता कितने भेजनी है तुसीं सानू भेजो असीं असीं उह काम करांगे असीं दिखावांगे असीं अगे उहनू फॉरवर्ड करांगे ताकि आपां सरकार नू मजबूर कर सके कि इहदे एक्शन लो आ चीज़ गलत हो रही है। अच्छा एक मैं होर मेरे सवाल दिमाग दे विच आ रहा सीगा वी मान लो तुसीं सरकारी अफसर हो है ना ते तुसीं मीटिंग सद ली हाँ जी मैं कोई एमसी है जां कोई सरपंच है जां कुछ ना मैं अपना कोई नुमाइंदा भेजता बिल्कुल जां उस मीटिंग दे विच जिन्ने भी नुमाइंदे हैगे आ जां तां मीटिंग दा उहनां नू पता है जां उस सरकारी अफसर नू पता है ना उत्थे तुहाडे कहण मुताबक कोई दूजा बंदा चल जांदा हैगा जिहड़ा कोई आप सरपंच जां उह नहीं जांदा हैगा तां उत्थे वीडियो बणाऊ कौन इस चीज़ की ते नंबर दो शिकायत करू कौन क्योंकि उन्होंने तो पता ही है सारा वो कहने भी असं आप शिकायत क्यों करिए। देखो अगर अगर करना होगा ना बहुत कुछ हो जाएगा तुहानू पता लग गया कि मीटिंग हो रही है उत्थे ठीक है और बीबी घरे बैठी है या बीबी कितने होर है या सरपंच साहिबा या पंच साहिबा बीबी तो कह रहे हैं क्योंकि अलग अलग कोई सरपंच है कोई पंच है कोई मैंबर है अलग अलग अनजान बंदे तो उसे वैसे जान ही नहीं उत्थे जाने की लड़ नहीं ना तुम एक चीज देखो तुम्हें पता है मीटिंग हो रही है मीटिंग का टाइम नोट होंगे कि इस टाइम से मीटिंग होगी वो तो ऑफिशियली उन्होंने आता होना ना कोई लैटर या कॉल आती होनी जी ऑफिशियल डॉक्यूमेंट होता ना कि इस टाइम से मीटिंग हुई इस टाइम से मता पिया आम बंदे नु नहीं पता इस चीज़ का आम बंदे नु नहीं पता होता लेकिन बंदे नु देखो देखो पता तो होता है कि जी मीटिंग चल रही है अंदर नहीं जान देंगे सरकारी दफ्तर का कोई बंदा हो सरकारी दफ्तर के बंदे की गल भी नहीं तुम एक चीज मैं तो तरीका दसा ना देखो मीटिंग हो रही है थोड़ा पता लग गया मीटिंग हो रही है अगर क्योंकि मैं नुमाइंदा हां कि मैनू पता लग गया अगर आम बंदे नु पता लग गया कि जी मीटिंग ते गया अच्छा मीटिंग गए है ठीक है और बीबी आ बैठी मीटिंग चली जाती है हाँ कई बार बंदा वैसे ही फोन कर लगा कम घर के कहते हैं मीटिंग गए मीटिंग गए मीटिंग गए बीबी बीबी घरे बैठी है जो नुमाइंदा इलेक्टेड नुमाइंदा घरे बैठा घरे बैठा या कोई होर काम कर रहा है लाइव बना लो टाइम का पता लग जाएगी इस टाइम से मैं वीडियो बनाई जी आ देखो आ टाइम होया इस टाइम से मैं वीडियो बनाई है ठीक है मीटिंग उत्थे चली जाती है इनका मतलब ये मीटिंग च है नहीं तो उत्थे इन्हां दा नाम बोली जांदा मतलब गलत है। हाँ वो जो ऑफिशियल उस तो बाद चीज लीक होती है ऑफिशियल लीक ऑफिशियल तो देखो डिस्क्लोज करना पड़ेगा ना ऑफिशियल तो हमेशा टाइम बाउंड होता है टाइम लिखा जाता है कदों मीटिंग हुई कितने बजे हुई कोई ऑफिशियल है कोई लिखा जाता है कि मीटिंग कदों हुई ठीक है फिर इन्फॉर्मेशन मिल गई इधर घरे बैठे थे जो उत्थे अगर नहीं गए तो क्यों नहीं गए अगर गए अगर हाजिरी लगी है तो फिर या उसे साइन होया या कुछ होया तो फिर तो सारा कुछ सामने आ गया फिर तो एक बार ये सवाल मैं ता किया सी क्योंकि हो सकता है जेडे तुसी वीडियो देख रहे हो उन्होंने दिमाग दे विच भी ये सवाल बहुत जने दे आउंदे होणगे वी यार कौन वीडियो बनाऊगा कौन वीडियो लीक करूगा कौन आप दी शिकायत आप करूगा तो जिवें भाजी ने दस्या भी वीडियोज़ दे कई तरीके होंदे आ जां तां सरकार आप दे लैवल ते क्योंकि उन्होंने कोल बहुत सारे सोर्सिज होंदे हैगे आ उत्थे वीडियोज़ लाइव चल दियां जां रिकॉर्डेड चल दियां उन्होंने इंस्ट्रक्शन दित्तियां जा सकदियां हैगियां जां सीसीटीवी कैमरेज है ना लगे होंदे जिथे मीटिंग्स होंदियां जां होर कई तरह के सोर्स होंदे सरकार कोल जे उन्होंने डिस्कलोज करना होया उस चीज़ नूं एक्सपोज करना होया तां ओह कर भी सकदे ते जे दबना होया जिवें पहलां वाली सरकारां दबदियां आईयां है ना उन्हां चीज़ां नूं जिहड़ी चीज़ बाहर आउणी चाहीदी है ओह लिआउंदे आ आपदी मर्जी नाल जिहड़ी चीज़ नहीं बाहर आउणी चाहीदी ओह नहीं लिआउंदे गे ते मतलब जे पहलां वांगू जे कम्म चलिया फिर तो कम उत्थे पवेगा दो चार दिन रौला पा के तो सारा कुछ बंद हो जाएगा तो जिवें जे तुसीं कहा भी इलैक्शन वास्ते तैयारी कर रहे हैं डिस्कशन हुई आईपीएस ऑफिसर ने मेरी डिस्कशन हुई जिवें ही खबर आई तो मेरी उन्होंने गल हुई उन्होंने मैं एक गल कही कहते देखो इस टाइम जिहड़ी पिछले कई साल ग्रांटा आईयां उन्होंने किवें यूज होया सही होया गलत होया ओदे ते सारिया जांच शुरू हो रही है। अच्छा वो जांच शुरू होण नाल अगर ओदे च सरपंच पकड़े जांदे ने या पंच पकड़े जांदे या मैंबर पकड़े जांदे ने चेयरमैन पकड़े जांदा है कोई एमसी पकड़े जांदा है जो पकड़े जांदे ने या उहनां दे कोई केस चलदा है तो खुद इलेक्शन नहीं लड़ सकदे ओह ओदे विच पहला की करदे सी ओह आपदी जगह ते आपदी वाइफ नूं आपदी बेटी लेडीज मैंबर नूं खड़ा करदे लड़वा दिंदे सीगे ते फिर उस तो बाद मीटिंग आप अटेंड करते हैं इस चीज़ का भी बहुत फर्क होगा जो इंप्लीकेट हो गए तो हूँ आ गए क्योंकि हूँ लेडीज़ में नहीं लड़ाएंगे खड़ा नहीं करेंगे क्यों क्योंकि अगर लेडीज़ में खड़ा करेंगे तो लेडीज़ में सारा कुछ काम करना पड़ेगा सारी मीटिंग लेडीज अटेंड करूंगी सारा कुछ करूंगी अगर वो मीटिंग अटेंड करने लायक होनी है या नहीं अगर अगर उन्होंने सारी इन्फॉर्मेशन होगी ट्रू लीडर होनी है तो इलेक्शन लड़वाएंगे नहीं तो नहीं लड़वाएंगे फर्क पाऊगा बहुत हद तक फर्क होगा देखो चीज़ें हौली हौली बदल दी अच्छा बहानेबाजी बड़ी होगी
ਉਹ ਮੈਂ ਬਿਮਾਰ ਸੀ ਜੀ, ਮੇਰੀ ਤਬੀਅਤ ਖਰਾਬ ਸੀ ਜੀ, ਮੈਂ ਬਾਹਰ ਗਿਆ ਹੋਇਆ ਸੀਗਾ ਜਾਂ ਗਈ ਹੋਈ ਸੀਗੀ, ਤੇ ਇਸ ਕਰਕੇ ਮੈਂ ਉਹਨਾਂ ਨੂੰ ਭੇਜਤਾ ਸੀਗਾ। ਮੀਟਿੰਗ ਜ਼ਰੂਰੀ ਸੀ। ਇਹ ਚੀਜ਼ ਦੇਖੋ, ਮੀਟਿੰਗ ਜ਼ਰੂਰੀ ਹੈ, ਠੀਕ ਹੈ, ਮੀਟਿੰਗ ਪੋਸਟਪੋਨ ਹੋ ਜਾਊਗੀ, ਤੁਸੀਂ ਨਾ ਜਾਓ, ਬਾਅਦ ਚੋਂ ਤੁਹਾਨੂੰ ਡਿਟੇਲ ਮਿਲ ਜਾਣਗੇ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੀ ਜਗ੍ਹਾ ਕੋਈ ਹੋਰ ਜਾ ਕੇ ਸਾਈਨ ਕਰ ਦੂਗਾ, ਇਹ ਕਾਨੂੰਨ 'ਚ ਕਿਤੇ ਨਹੀਂ ਲਿਖਿਆ ਨਾ। ਅੱਛਾ, ਇਸ ਚੀਜ਼ 'ਤੇ ਵੀ ਐਕਸ਼ਨ ਹੋਊਗਾ। ਮੰਨ ਲਓ ਵੀ ਉਹ ਜਿੱਤ ਗਈ, ਜਿਹੜੀ ਲੇਡੀਜ਼ ਨੂੰ ਖੜਾ ਕੀਤਾ ਉਹ ਜਿੱਤ ਗਈ, ਤੇ ਮੰਨ ਲਓ ਉਹ ਮੀਟਿੰਗ ਦੇ ਵਿੱਚ ਜਾਂਦੀ ਹੈ, ਤੇ ਉੱਥੋਂ ਉਹਦਾ ਕੋਈ ਨਾ ਮਤਲਬ ਉਹਨੂੰ ਸਮਝ ਆ ਰਹੀ ਹੈ ਵੀ ਕੀ ਕਰਨਾ ਕੀ ਨਹੀਂ ਕਰਨਾ ਗਾ। ਜਿੱਤੇ ਤਾਂ ਉਹ ਗਈ, ਪਰ ਉਹਨੂੰ ਐਂ ਨਹੀਂ ਪਤਾ ਵੀ ਕੰਮ ਕਿਵੇਂ ਕਰਨਾ ਸਰਕਾਰੀ ਆਫੀਸਰਸ ਨਾਲ, ਹਨਾ, ਕਿਵੇਂ ਉਹ ਕਿਸ ਚੀਜ਼ ਬਾਰੇ ਗ੍ਰਾਂਟ ਲੈਣੀ ਹੈ ਜਾਂ ਕਿਵੇਂ ਇਸ਼ੂ ਕਰਾਉਣਾ ਜਾਂ ਕਿਵੇਂ ਉਹਦਾ ਖਰਚਾ ਦੇਣਾ, ਉਹਦੇ 'ਤੇ ਫਿਰ ਕੋਈ ਐਕਸ਼ਨ ਹੋਊਗਾ। ਐਕਸ਼ਨ ਕੀ ਹੋਊਗਾ? ਬਸ ਉਹ ਇਹ ਕਿ ਉਹ ਆਪਦੇ ਕੰਮ ਹੀ ਕਰਾ ਪਾਊਗੀ। ਉਹ ਉਹ ਡਿੱਬਾ ਹੈ ਕਿਉਂਕਿ ਉਹ ਅਵੇਅਰ ਹੀ ਨਹੀਂ ਹੈ ਨਾ ਉਹਨਾਂ ਚੀਜ਼ਾਂ ਬਾਰੇ, ਨਹੀਂ ਉਹ ਕੰਮ ਨਹੀਂ ਕਰਾ ਪਾਊਗੀ। ਇੱਕ ਵਾਰ ਨਹੀਂ ਕਰਾ ਪਾਊਗੀ, ਜਦੋਂ ਘਰੇ ਆ ਕੇ ਗੱਲ ਕਰੂਗੀ, ਦੱਸੂਗੀ ਕਿ ਮੇਰੇ ਨਾਲ ਇਹ ਪ੍ਰੋਬਲਮ ਹੋਈ, ਨਹੀਂ ਹੋ ਪਾਇਆ, ਤਾਂ ਆਪਣੇ ਆਪ ਹੀ ਪੜ੍ਹ ਕੇ ਜਾਊਗੀ ਜੀ, ਉਹ ਆਪਣੇ ਆਪ ਤਰੀਕੇ ਲੱਭ ਕੇ ਜਾਊਗੀ ਕਿ ਮੈਂ ਜਾ ਕੇ ਐਂ ਬੋਲਣਾ, ਮੈਂ ਐਂ ਕਰਨਾ। ਜੇ ਆਪਾਂ ਉਹ ਘੱਟੋ ਘੱਟ ਮੌਕਾ ਤਾਂ ਮਿਲੂਗਾ ਨਾ ਉਹਨਾਂ ਨੂੰ ਬੋਲਣ ਦਾ, ਹੋ ਸਕਦਾ ਇੱਕ ਵਾਰੀ ਮੀਟਿੰਗ ਦੇ ਵਿੱਚ ਕੰਮ ਨਾ ਕਰਾ ਪਾਣ, ਦੋ ਵਾਰੀ ਨਾ ਕਰਾ ਪਾਣ, ਪਰ ਮੌਕਾ ਤਾਂ ਮਿਲੂਗਾ ਉਹਨਾਂ ਨੂੰ, ਜਦੋਂ ਜਦੋਂ ਕਹਿੰਦੇ ਨੇ ਜਦੋਂ ਸਿਰ ਤੇ ਪੈਂਦੀ ਹੈ ਤੇ ਬੰਦਾ ਆਪਣੇ ਆਪ ਕੰਮ ਕਰਦਾ। ਅੱਛਾ, ਜਦੋਂ ਸਿਰ ਤੇ ਪੈਂਦੀ ਆਪਣੇ ਆਪ ਕਰਦਾ, ਨਾਲੇ ਲੇਡੀਜ਼ ਨੂੰ ਤੁਸੀਂ ਘੱਟ ਨਾ ਸਮਝੋ, ਜੋ ਤੁਹਾਡਾ ਘਰ ਸਾਂਭ ਸਕਦੀ ਹੈ, ਤੁਹਾਡਾ ਬਜਟ ਸਾਂਭ ਸਕਦੀ ਹੈ, ਤੁਹਾਡੇ ਜਵਾਕਾਂ ਨੂੰ ਵੱਡਾ ਕਰ ਸਕਦੀ ਹੈ, ਜਿਹੜੇ ਵੱਡੇ ਹੋਏ ਨੇ ਉਹਨਾਂ ਨੂੰ ਵੀ ਉਹਨਾਂ ਦੀ ਮਾਵਾਂ ਨੇ ਹੀ ਪਾਲਿਆ। ਹਾਂ, ਇਹ ਤਾਂ ਬਿਲਕੁਲ, ਮਾਵਾਂ ਦਾ ਹੀ 70% ਸਿਖਾਏ ਦਾ ਰੋਲ ਹੁੰਦਾ ਹੈ, ਮਾਵਾਂ ਨੇ ਸਿਖਾਇਆ। ਤੇ ਜੇ ਲੇਡੀਜ਼ ਨੂੰ ਘੱਟ ਨਾ ਸਮਝੋ, ਅੱਜ ਕੱਲ੍ਹ ਦੀਆਂ ਲੇਡੀਜ਼ ਪੜ੍ਹੀਆਂ ਲਿਖੀਆਂ ਸਿਆਣੀਆਂ ਸਭ ਕੁਝ ਪਤਾ ਹੈ, ਕਈ ਤਾਂ ਲੇਡੀਜ਼ ਜਿਹਨਾਂ ਨੂੰ ਜ਼ਿਆਦਾ ਪਤਾ ਹੈ। ਬਿਲਕੁਲ, ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ, ਉਹਨਾਂ ਨੂੰ ਮੌਕਾ ਨਹੀਂ ਮਿਲਦਾ। ਇੱਥੇ ਹੁਣ ਦੇਖੋ, ਇੱਕ ਓਪਰਚੁਨਿਟੀ ਬਣੂਗੀ, ਜਦੋਂ ਉਹਨਾਂ ਦੇ ਸਿਰ ਤੇ ਪਊਗੀ ਤਾਂ ਆਪਣੇ ਆਪ ਸਿੱਖ ਕੇ ਜਾਣਗੀਆਂ। ਹੋ ਸਕਦਾ ਜਿਹੜਾ ਨਵਾਂ ਪੜ੍ਹ ਕੇ ਜਾਂ ਨਵਾਂ ਸਿੱਖ ਕੇ ਜਾਂ ਉਹ ਬੈਟਰ ਸਿੱਖ ਕੇ ਜਾਣ ਪਹਿਲਾਂ ਨਾਲ। ਬਿਲਕੁਲ, ਨਾਲੇ ਉਹਨਾਂ ਨੂੰ ਪਤਾ ਲੱਗੋ ਵੀ ਇਦਾਂ ਦੇ ਵੀ ਕੰਮ ਹੁੰਦੇ ਆ, ਇਦਾਂ ਦੇ ਵੀ ਕੰਮ ਜਿਹੜੇ ਅੱਜ ਤੱਕ ਸੁਣੇ ਹੀ ਨਹੀਂ ਤੇ ਹੋ ਸਕਦੇ ਆ। ਉਹ ਸਾਡਾ ਸਪੈਸ਼ਲ ਗ੍ਰਾਂਟਸ ਹੁੰਦੀ ਹੈ ਤੇ ਉਹਨਾਂ ਦਾ ਹਿਸਾਬ ਵੀ ਦੇਣਾ ਪਊਗਾ, ਹਿਸਾਬ ਵੀ। ਉਹ ਬਹੁਤ ਵਧੀਆ, ਦੇਖੋ ਇਹ ਇੱਕ ਬੜਾਵਾ ਦੇਣ, ਉਹ ਦੇਖੋ ਜਦੋਂ ਤਾਲੀਵਾਲ ਸਾਹਮਣੇ ਕਹਿ ਕੇ ਅਸੀਂ ਬੜਾਵਾ ਦੇਣ ਲੱਗੇ, ਇਹ ਬਾਕੀ ਬੜਾਵਾ ਦੇਣ ਵਾਲੀ ਗੱਲ ਹੈ ਜੀ। ਇਹਦੇ 'ਚ ਬਹੁਤ ਚੀਜ਼ਾਂ ਵਧੀਆ ਹੋਣਗੀਆਂ, ਰੈਪ੍ਰੈਜੈਂਟੇਸ਼ਨ ਨਵੀਂ ਆਊਗੀ, ਲੇਡੀਜ਼ ਦੀ ਰੈਪ੍ਰੈਜੈਂਟੇਸ਼ਨ ਵਧੂਗੀ। ਨਾਲੇ ਇੱਕ ਹੋਰ ਗੱਲ ਹੋਰ ਦੱਸਾਂ, ਅਗਰ ਆਪਾਂ ਨਸ਼ੇ ਦੇ ਮੁੱਦਿਆਂ ਦੀ ਗੱਲ ਕਰੀਏ ਤਾਂ ਲੇਡੀਜ਼ ਜ਼ਿਆਦਾ ਦੁਖੀ ਨੇ ਨਸ਼ੇ ਦੇ ਮੁੱਦੇ ਤੇ। ਬਿਲਕੁਲ ਬਿਲਕੁਲ, ਠੀਕ ਹੈ, ਲੇਡੀਜ਼ ਜ਼ਿਆਦਾ ਦੁਖੀ ਨੇ। ਅਗਰ ਆਪਾਂ ਗੱਲ ਕਰੀਏ ਤਾਂ ਪਰਸੈਂਟੇਜ ਆਫ ਜਿਹੜੇ ਡਰੱਗ ਐਡਿਕਟ ਨੇ ਉਹਨਾਂ ਦੀ ਜ਼ਿਆਦਾ, ਜਿਹੜੀ ਜ਼ਿਆਦਾ ਪਰਸੈਂਟੇਜ ਆ ਉਹ ਮੇਲ ਦੀ ਹੈ, ਫੀਮੇਲਸ ਨਾਲੋਂ। ਬਿਲਕੁਲ, ਫੀਮੇਲ ਘੱਟ ਨਸ਼ੇ ਕਰਦੀਆਂ ਨੇ। ਹਾਂਜੀ ਹਾਂਜੀ, ਮਰਦ ਜ਼ਿਆਦਾ ਕਰਦੇ ਨੇ, ਠੀਕ ਹੈ। ਇਸ ਕਰਕੇ ਫੀਮੇਲ ਜ਼ਿਆਦਾ ਕੁਆਲੀਫਾਈਡ ਹੈ ਕਿਸੇ ਵੀ ਲੀਡਰਸ਼ਿਪ ਪੋਜੀਸ਼ਨ ਵਾਸਤੇ, ਅਗਰ ਆਪਾਂ ਉਸ ਹਿਸਾਬ ਨਾਲ ਦੇਖੀਏ। ਹਾਂ, ਉਹਨਾਂ ਨੂੰ ਉਹੋ ਜਿਹੇ ਪਾਵਰਸ ਵੀ ਦਿੱਤੀਆਂ ਜਾਣਗੀਆਂ ਵੀ ਜੇ ਕੋਈ ਬੰਦਾ ਜਾਂ ਤੁਹਾਡੇ ਇਲਾਕੇ ਦੇ ਵਿੱਚੋਂ ਕਰਦਾ ਤਾਂ ਤੁਹਾਡੇ ਤੇ ਐਕਸ਼ਨ ਲਿੱਤਾ ਜਾਊਗਾ ਜਾਂ ਤੁਸੀਂ ਰਿਸਪੋਂਸੀਬਲ ਹੋਵੋਗੇ। ਉਹ ਤਾਂ ਸਾਰਾ ਕੁਝ ਹੈ ਹੀ ਹੈ, ਲੇਕਿਨ ਇੱਥੇ ਗੱਲ ਇਹ ਹੈ ਕਿ ਲੇਡੀਜ਼ ਉਹ ਅਵੇਅਰ ਹੋਣਗੀਆਂ। ਇਹ ਲੇਡੀਜ਼ ਇੰਪਾਵਰਮੈਂਟ ਵਾਸਤੇ ਬਹੁਤ ਵਧੀਆ ਫੈਸਲਾ, ਮੈਂ ਤਾਂ ਇਹ ਫੈਸਲੇ ਨੂੰ ਬਹੁਤ ਵਧੀਆ ਮੰਨੂਗਾ, ਬਸ਼ਰਤੇ ਇਹ ਸਹੀ ਤਰੀਕੇ ਨਾਲ ਲਾਗੂ ਹੋਵੇ। ਬਸ਼ਰਤੇ ਕਿ ਅਗਰ ਕੋਈ ਚੁਣਿਆ ਗਿਆ ਉਹ ਆਮ ਆਦਮੀ ਪਾਰਟੀ ਵਾਸਤੇ, ਕਿ ਆਮ ਆਦਮੀ ਪਾਰਟੀ ਦਾ ਨੇੜੇ ਦਾ ਬੰਦਾ ਤਾਂ ਉਹਦੇ 'ਤੇ ਕਾਰਵਾਈ ਨਾ ਹੋਵੇ, ਜੇ ਕੋਈ ਕਾਂਗਰਸ ਦਾ ਜਾਂ ਕਿਸੇ ਹੋਰ ਪਾਰਟੀ ਦਾ ਬੰਦਾ ਉਹਦੇ 'ਤੇ ਕਾਰਵਾਈ ਹੋਵੇ, ਜੇ ਉਹ ਚੀਜ਼ਾਂ ਨਾ ਹੋਣ, ਸਹੀ ਤਰੀਕੇ ਨਾਲ ਕਾਰਵਾਈ ਹੋਵੇ, ਸਹੀ ਤਰੀਕੇ ਨਾਲ ਇੰਪਲੀਮੈਂਟ ਅਗਰ ਹੋ ਗਿਆ ਤਾਂ ਬਹੁਤ ਵਧੀਆ ਫੈਸਲਾ ਹੈ। ਗੱਲ ਅੱਜ ਫਿਰ ਆਪਾਂ ਪਹਿਲਾਂ ਹੀ ਵੀਡੀਓ 'ਚ ਗੱਲ ਕੀਤੀ ਸੀ, ਫੈਸਲੇ ਬਹੁਤ ਵਧੀਆ ਨੇ, ਬਹੁਤ ਵਧੀਆ ਤੁਹਾਨੂੰ ਪ੍ਰੋਜੈਕਟ ਮਿਲ ਜਾਣਗੇ, ਬਹੁਤ ਵਧੀਆ ਆਈਡੀਆਜ਼ ਮਿਲ ਜਾਣਗੇ। ਗੱਲ ਤਾਂ ਇੰਪਲੀਮੈਂਟੇਸ਼ਨ ਦੀ ਹੈ, ਇੰਪਲੀਮੈਂਟੇਸ਼ਨ ਕਿਵੇਂ ਹੋਊਗੀ। ਇਹ ਇੰਪਲੀਮੈਂਟੇਸ਼ਨ ਕਲੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤੀ, ਤੁਹਾਨੂੰ ਇੱਕ ਤਰੀਕਾ ਦਿੱਤਾ, ਇਹਦੀ ਜ਼ਿੰਮੇਵਾਰੀ ਆਪਣੇ ਵਰਗਿਆਂ ਤੇ ਵੀ ਬਹੁਤ ਜ਼ਿਆਦਾ ਹੈ, ਮੀਡੀਆ ਤੇ ਬਹੁਤ ਜ਼ਿਆਦਾ ਹੈ, ਆਮ ਲੋਕਾਂ ਤੇ ਬਹੁਤ ਜ਼ਿਆਦਾ ਹੈ, ਪਿੰਡ ਵਾਲੇ ਥੋੜੇ ਤੇ ਤਾਂ ਬਹੁਤ ਜ਼ਿਆਦਾ ਹੈ, ਕਿਉਂਕਿ ਪੰਚੀ ਸਰਪੰਚੀ ਦੇ ਜਿਹੜੇ ਸਾਰੇ ਮਾਮਲੇ ਹੈ ਤੁਸੀਂ ਦੇਖਣੇ ਹੈ। ਅਗਰ ਤੁਹਾਡਾ ਸਰਪੰਚ ਕੁਛ ਇਹੋ ਜਿਹਾ ਕੁਛ, ਤੁਹਾਡੇ ਪਿੰਡ 'ਚ ਕੁਛ ਇਹੋ ਜਿਹਾ ਕੁਛ ਹੋ ਰਿਹਾ ਹੈ, ਕੋਈ ਸਰਪੰਚ ਦੀ ਥਾਂ ਤੇ ਉਹਦਾ ਮੁੰਡਾ ਕੰਮ ਕਰ ਰਿਹਾ ਹੈ, ਜਾਂ ਸਰਪੰਚ ਦੀ ਥਾਂ ਤੇ ਉਹਦੀ ਮਤਲਬ ਕਿਸੇ ਬੀਬਾ, ਕੋਈ ਬੀਬਾ ਸਰਪੰਚ ਹੈ ਉਹਦੀ ਥਾਂ ਤੇ ਕੋਈ ਹੋਰ ਬੰਦਾ ਕੰਮ ਕਰ ਰਿਹਾ, ਤਾਂ ਤੁਸੀਂ ਇਹ ਉਜਾਗਰ ਕਰਨਾ ਹੈ। ਇਹ ਇਕੱਲਾ ਲੇਡੀਜ਼ ਦਾ ਉਜਾਗਰ ਨਹੀਂ, ਤੁਸੀਂ ਦੂਜਾ ਵੀ ਉਜਾਗਰ ਕਰ ਸਕਦੇ, ਕਿਉਂਕਿ ਇਹ ਸਾਰਾ ਸਿਸਟਮ ਖੁੱਲ ਗਿਆ, ਕਹਿੰਦੇ ਨਾ ਇੱਕ ਪੰਡੋਰਾ ਬਾਕਸ ਹੈ ਉਹ ਖੁੱਲ ਗਿਆ, ਜਦੋਂ ਖੁੱਲ ਜਾਂਦਾ ਉਹਦੇ 'ਚ ਸਾਰੀਆਂ ਚੀਜ਼ਾਂ ਆ ਜਾਂਦੀਆਂ। ਇਸ ਕਰਕੇ ਤੁਸੀਂ ਅਗਰ ਉਜਾਗਰ ਰਹੇਗਾ, ਕੰਮ ਕਰੋਗੇ, ਤਾਂ ਆਪਾਂ ਚੀਜ਼ਾਂ ਨੂੰ ਬਹੁਤ ਵਧੀਆ ਕਰ ਸਕਾਂਗੇ, ਬਹੁਤ ਵਧੀਆ ਸਿਸਟਮ ਬਣ ਸਕੇਗਾ। ਠੀਕ ਹੈ ਭਾਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਬਹੁਤ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ। ਦੋਸਤੋ, ਅੱਜ ਦਾ ਮੁੱਦਾ ਤੁਹਾਨੂੰ ਕਿੱਦਾਂ ਦਾ ਲੱਗਿਆ, ਪੂਰੀ ਡਿਟੇਲ ਦੇ ਵਿੱਚ ਭਾਜੀ ਨੇ ਤੁਹਾਨੂੰ ਦੱਸਤਾ, ਪਰ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਹੋਰ ਉਸ ਮੁੱਦੇ ਨਾਲ ਜਾਣਕਾਰੀ ਕਿੱਦਾਂ ਦੀ ਚਾਹੀਦੀ, ਜਾਂ ਅਸੀਂ ਕਿਹੜਾ ਮੁੱਦਾ ਛੱਡਤਾ, ਉਹਦੇ ਵਿੱਚ ਕੀ ਹੋਰ ਜੁੜ ਸਕਦਾ ਸੀ। ਪਰ ਪੰਜਾਬੀਓ, ਇੱਕ ਗੱਲ ਹੈ, ਇਹਨੂੰ ਸੁਣ ਕੇ ਐਂ ਨਾ ਛੱਡ ਦਿਓ, ਹੁਣ ਇਹ ਸਾਰੀ ਜਿਹੜੀ ਗੱਲ ਹੈ ਇਹ ਤੁਹਾਡੇ ਹੱਥਾਂ ਦੇ ਵਿੱਚ
ਹੈ।